ਜਦੋਂ ਪੰਜਾਬ ਨੂੰ ਅੱਗ ਲੱਗੀ ਹੋਈ ਸੀ ਔਰ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਹੁੰਦੀਆਂ ਸੀ ਖਬਰਾਂ ਨਾਲ, ਸਾਰੀਆਂ ਅਖਬਾਰਾਂ ਮੈਂ ਖਰੀਦਦਾ ਹੁੰਦਾ ਸੀ, ਪੜ੍ਹਦਾ ਹੁੰਦਾ ਸੀ, ਉੱਥੇ ਦੋ ਲਾਈਨਾਂ ਲਿਖੀਆਂ ਸਨ ਪੰਜਾਬ ਦੀ ਆਵਾਜ਼ ਵਿੱਚ ਕਿ ਮੇਰਾ ਚਿਹਰਾ ਪੜ੍ਹਨ ਤੋਂ ਡਰਦੇ ਹੋ, ਕਿ ਮੇਰਾ ਚਿਹਰਾ ਪੜ੍ਹਨ ਤੋਂ ਡਰਦੇ ਹੋ ਜੋ ਇੰਨੀਆਂ ਅਖਬਾਰਾਂ ਪੜ੍ਹਦੇ ਹੋ। ਕਵਿਤਾ ਹੈ ਜੀ, ਗੱਲ ਕੁੱਖ ਤੋਂ ਸ਼ੁਰੂ ਹੋਈ ਤੇ ਕਬਰ ਤੇ ਜਾ ਮੁੱਕੀ, ਗੱਲ ਕੁੱਖ ਤੋਂ ਸ਼ੁਰੂ ਹੋਈ ਤੇ ਕਬਰ ਤੇ ਜਾ ਮੁੱਕੀ, ਸਮੁੰਦਰ ਕੋਈ ਤੈਰਨ ਦੀ ਸ਼ੈ ਨਹੀਂ ਡੀਕ ਜਾਣ ਦੀ ਗੱਲ ਹੈ। ਗੱਲ ਕੁੱਖ ਤੋਂ ਸ਼ੁਰੂ ਹੋਈ ਤੇ ਕਬਰ ਤੇ ਜਾ ਮੁੱਕੀ, ਸਮੁੰਦਰ ਕੋਈ ਤੈਰਨ ਦੀ ਸ਼ੈ ਨਹੀਂ ਡੀਕ ਜਾਣ ਦੀ ਗੱਲ ਹੈ। ਦੋਸ਼ ਅੱਲਾ ਦਾ ਨਹੀਂ ਰੂਹਾਂ ਇਤਫਾਕਨ ਨਹੀਂ ਮਰਦੀਆਂ, ਦੋਸ਼ ਅੱਲਾ ਦਾ ਨਹੀਂ ਰੂਹਾਂ ਇਤਫਾਕਨ ਨਹੀਂ ਮਰਦੀਆਂ, ਰਾਏ ਜਾਂ ਮਾਰਕਸ ਨੂੰ ਕੁੱਝ ਨਾ ਆਖੋ ਜੰਗ ਸਦਾ ਜਾਰੀ ਰਹਿੰਦੀ ਹੈ। ਇੱਕ ਈਸਾ ਮਰਦਾ ਤੇ ਦੂਜਾ ਗੋਬਿੰਦ ਜੰਮਦਾ ਹੈ, ਗੱਲ ਕੁੱਖ ਤੋਂ ਸ਼ੁਰੂ ਹੋ ਕੇ ਕਬਰ ਤੇ ਜਾ ਮੁੱਕਦੀ ਹੈ। ਮਨਸਰ ਤੁਹਾਡੇ ਤੇ ਹੈ ਯਾਰੋ, ਤੁਸੀਂ ਜੰਗ ਲੜਨੀ ਹੈ ਜਾਂ ਜਿਉਂਦੀ ਰੂਹ ਨੂੰ ਸਮੇਂ ਦੀ ਕਬਰ ਵਿੱਚ ਦਫ਼ਨ ਕਰਨਾ ਹੈ, ਗੱਲ ਤਾਂ ਕੁੱਖ ਤੋਂ ਲੈ ਕੇ ਕੁੱਖ ਤੋਂ ਸ਼ੁਰੂ ਹੋ ਕੇ ਕਬਰ ਤੇ ਜਾ ਮੁੱਕਦੀ ਹੈ। ਥੈਂਕ ਯੂ। ਹਾਂਜੀ, ਇਹ ਸਨ ਐਫ ਬਲੋਚੀ।